ਸਬਸਕ੍ਰਾਈਬ ਕਰੋ ਚੈਨਲ ਨੂੰ ਅਤੇ ਹਰ ਅਪਡੇਟ ਪਹਿਲਾਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ, ਅਤੇ ਤੁਹਾਡਾ ਸਵਾਗਤ ਹੈ। ਅਸੀਂ ਹੁਣੇ ਜਲੰਧਰ ਕੀਰਤਨ ਕਰਕੇ ਅਤੇ ਨਿਕਲੇ ਹਾਂ ਜੀ ਲੁਧਿਆਣੇ ਨੂੰ। ਲੁਧਿਆਣੇ ਕੀਰਤਨ, ਜਲੰਧਰ ਕੀਰਤਨ ਸੀਗਾ 9 ਤੋਂ 10, ਅਤੇ ਹੁਣ ਲੁਧਿਆਣੇ ਜਾ ਕੇ ਕੀਰਤਨ ਕਰਨਾ ਗੁਰਦੁਆਰਾ ਨਾਨਕ ਸਾਹਿਬ। ਪਰ ਕੀਰਤਨ ਦਾ ਬੜਾ ਆਨੰਦ ਆਉਂਦਾ ਉੱਥੇ ਜਾ ਕੇ, ਅਤੇ ਉੱਥੇ ਜਾ ਰਹੇ ਹਾਂ ਜੀ। ਰਾਤੋ ਰਾਤ ਅਸੀਂ ਨਿਕਲ ਜਾਣਾ ਹੈ ਮੇਰਠ। ਮੇਰਠ ਨਿਕਲ ਕੇ ਅਤੇ ਸਵੇਰੇ ਕੀਰਤਨ ਮੇਰਠ ਕਰਨਾ ਜੀ। ਅਤੇ ਬਾਕੀ ਇਹ ਅਪਡੇਟ ਹੈ, ਤੁਹਾਨੂੰ ਰਾਹ 'ਚ ਜਿਹੜੀ ਜਿਹੜੀ ਅਪਡੇਟ ਹੋਰ ਮਿਲਦੀ ਹੈ ਆਪਾਂ ਦਿੰਦੇ ਜਾਵਾਂਗੇ ਜੀ। ਸਫ਼ਰ ਦਾ ਭਾਅ ਜੀ ਨਵਾਂ ਫੂਡ ਦਿਖਾ ਦਿਓ, ਇੱਕ ਹੋਰ ਐਡ ਹੋਇਆ ਜਿਹੜਾ। ਅੱਛਾ, ਇੱਕ ਨਵੀਂ ਖਾਣ ਵਾਲੀ ਚੀਜ਼ ਅਸੀਂ ਲਈ ਹੈ, ਐਡ ਹੋਈ ਹੈ ਸਫ਼ਰ। ਤੁਹਾਡੇ ਮੂੰਹ 'ਚ ਪਾਣੀ ਜਿਹਾ ਆ ਜਾਏਗਾ। ਤੁਹਾਡਾ ਵਾਰਡ ਸੁਣਾਓ ਭਾਅ ਜੀ ਦਾ ਨੇੜੇ ਜੀ ਕਰਕੇ। ਇਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਉੱਚਾ ਬੋਲ, ਵਾਹਿਗੁਰੂ ਜੀ ਕੀ ਫਤਿਹ। ਦੱਸੋ, ਬੋਲ ਕੇ ਦੱਸੋ, ਬੋਲ ਕੇ ਦੱਸੇਂਗੇ ਦੀ ਆਵਾਜ਼ ਸੁਣਾਣੀ ਹੈ, ਬੋਲ ਕੇ ਦੱਸੇ ਕਿ ਆਵਾਜ਼ ਸੁਣਾਈ। ਇਹਨੂੰ ਸਿੱਪੀਆਂ ਨਹੀਂ ਸਮਝਣਾ, ਇਹ ਫੂਡ ਹੈ, ਇਹ ਫੂਡ ਹੈ, ਸੋਇਆ ਕਟੋਰੀ ਕਹਿੰਦੇ ਇਹਨੂੰ। ਆਵਾਜ਼ ਸੁਣਾ ਜਿਹੜਾ ਕੱਚ ਕੱਚ ਕਹਿੰਦੀ ਹੈ। ਆਹਾ, ਦੁਬਾਰਾ ਆਵਾਜ਼ ਆਉ। ਇਹ ਜੀ ਬੜੀ ਮੂੰਹ ਨੂੰ ਲੱਗਣ ਵਾਲੀ ਚੀਜ਼ ਹੈ, ਜਿਹਨੂੰ ਆਪਾਂ ਕਹਿੰਦੇ ਨਾ ਬੜਾ ਮੂੰਹ ਨੂੰ ਲੱਗ ਗਈ ਚੀਜ਼, ਇਹ ਬੜੀ ਬਹੁਤ ਗੰਦੀ ਚੀਜ਼ ਹੈ। ਜਿਹੜੀ ਆਵਾਜ਼ ਹੈ ਨਾ, ਜਦੋਂ ਰਾਤ ਦੇ 2-3 ਵਜੇ ਹੋਣ ਨਾ, ਉਦੋਂ ਡਰਾਈਵਿੰਗ ਕਰਦੇ ਹੋਈਏ ਨੀਂਦ ਆਵੇ, ਤੇ ਜਦੋਂ ਇਹ ਖਾਈਦੀ ਨਾ ਆਵਾਜ਼ ਨਾਲ ਹੀ ਨੀਂਦ ਉੱਡ ਜਾਂਦੀ ਸਾਡੀ, ਹੈ ਖਾਈਦਾ ਨਾ ਦੋ ਕੱਚ ਕੱਚ ਨਾ ਨੀਂਦ ਗੈਪ। ਜਿਹੜਾ ਬੰਦਾ ਡਰਾਈਵਿੰਗ ਕਰ ਰਿਹਾ ਉਹਨੂੰ ਤਾਂ ਨੀਂਦ ਆਪ ਚਲੋ ਆ ਜਾਂਦੀ ਹੈ ਕਿਸੇ ਵੇਲੇ, ਹਨਾ, ਤੇ ਉਹ ਖਾ ਲਵੇ ਤਾਂ ਉਹਦੀ ਨੀਂਦ ਉੱਡ ਜਾਂਦੀ, ਪਰ ਆਲੇ ਦੁਆਲੇ ਹਲੇ ਆਵਾਜ਼ ਸੁਣ ਕੇ ਉੱਡ ਜਾਂਦੇ। ਇਹਦੀ ਨਾ ਬਸ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਚੱਕ ਕਿਹੜੇ ਪਾਸੇ ਮਾਰਨਾ। ਹੋਰ ਲਾ ਲਓ, ਨੁਕਸਾਨ ਹੋ ਗਿਆ, ਏਦਾਂ ਚੱਕ ਮਾਰਨਾ ਹੈ। ਤੇਰਾ ਕੇ ਤਾਂ ਕੇਵਲ ਜੀਰਾ
ਚਲੀ ਹੋਣੀ ਆ ਵੀ ਤਿੰਨ ਮਕਾਨ ਛੱਡ ਕੇ ਨਾਲ ਹੀ ਚੋਕਾ ਅਗਲੀ ਚ ਵੜਦੇ ਨਾਲ ਹੀ ਬੜੀ ਅੱਛੀ ਹੈ ਕੁਆਲਿਟੀ ਤੁਸੀਂ ਤਾਂ ਬਹੁਤ ਅੱਛੀ ਹੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਅਤੇ ਅਪਡੇਟ ਇਹ ਹੈ ਅਸੀਂ ਆਏ ਹੋਏ ਹਾਂ ਜੀ ਮੇਰਠ ਰਾਤੋ ਰਾਤ ਅਸੀਂ ਲੁਧਿਆਣੇ ਤੋਂ ਪਹਿਲਾਂ ਜਲੰਧਰ ਕੀਰਤਨ ਕੀਤਾ ਅਤੇ ਫਿਰ ਲੁਧਿਆਣੇ ਕੀਰਤਨ ਕੀਤਾ ਲੁਧਿਆਣੇ ਤੋਂ ਰਾਤੋ ਰਾਤ ਕੀਰਤਨ ਕਰਕੇ ਅਤੇ ਅਸੀਂ ਸਵੇਰੇ ਪਹੁੰਚੇ ਹਾਂ ਜੀ ਲਗਭਗ 8:30 ਮੇਰਠ ਜੋ ਕਿ ਯੂਪੀ ਦੇ ਵਿੱਚ ਹੈ ਜੀ ਅਤੇ ਲਗਭਗ 1.5 ਜਾਂ 2 ਘੰਟੇ ਰੈਸਟ ਕਰਕੇ ਅਤੇ ਉਪਰੰਤ ਹੁਣ ਅਸੀਂ ਤਿਆਰ ਹੋ ਚੁੱਕੇ ਹੋਏ ਹਾਂ ਜੀ ਅਤੇ ਹੁਣ ਜਾ ਰਹੇ ਹਾਂ ਅਸੀਂ ਕੀਰਤਨ 'ਤੇ ਇੱਥੇ ਇੱਕ ਹੋਟਲ ਦੇ ਵਿੱਚ ਅਸੀਂ ਰਿਹਾਇਸ਼ ਕੀਤੀ ਸੀਗੀ ਆਰਾਮ ਤਾਂ ਖੈਰ 2 ਘੰਟੇ ਤੁਸੀਂ ਮੈਕਸੀਮਮ ਕਹਿ ਸਕਦੇ ਹੋ ਬਲਕਿ 1.5 ਘੰਟਾ ਹੀ ਆਪਾਂ ਰੈਸਟ ਕੀਤੀ ਹੈ ਅਤੇ ਖੈਰ ਜਿੰਨੀ ਰੈਸਟ ਮਿਲ ਗਈ ਚੰਗੀ ਹੈ ਹੁਣ ਅਸੀਂ ਜਾ ਰਹੇ ਹਾਂ ਜੀ ਕੀਰਤਨ 'ਤੇ ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਜਾਂਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਤ ਦਾ ਸਾਨੂੰ ਜਾਮ ਹੀ ਮਿਲੀ ਜਾਂਦਾ ਅੱਛਾ ਸੜਕਾਂ ਤੇ ਵੀ ਤੇ ਹੁਣ ਲਿਫਟਾਂ ਤੇ ਵੀ ਰਾਤ ਸਾਰੀ ਜਾਮ ਮਿਲਿਆ ਟਰੱਕਾਂ ਦਾ ਇੰਨਾ ਜਾਮ ਹੁਣ ਲਿਫਟਾਂ ਦਾ ਜਾਮ ਖੁੱਲ ਗਈ ਉਹ ਖੁੱਲ ਗਈ ਲੱਤ ਫਸਾ ਕੇ ਰੱਖ ਜਰਾ ਥਰਡ ਫਲੋਰ ਤੋਂ ਗਰਾਊਂਡ ਫਲੋਰ ਆਉਣ ਤੱਕ 2 ਫਲਾਈਟਾਂ ਲੈਣੀਆਂ ਪਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਮੇਰਠ ਤੋਂ ਕੀਰਤਨ ਕਰਕੇ ਅਤੇ ਹੁਣ ਅਸੀਂ ਜਾ ਰਹੇ ਹਾਂ ਫਿਰ ਲੁਧਿਆਣੇ ਕੱਲ੍ਹ ਸਾਡਾ ਰਾਤ ਦਾ ਵੀ ਲੁਧਿਆਣੇ ਸੀਗਾ ਪਹਿਲਾਂ ਜਲੰਧਰ ਕੀਤਾ ਫਿਰ ਲੁਧਿਆਣੇ ਫਿਰ ਸਵੇਰੇ ਮੇਰਠ ਕੀਤਾ ਹੁਣ ਰਾਤ ਨੂੰ ਫਿਰ ਜਾ ਰਹੇ ਹਾਂ ਲੁਧਿਆਣੇ ਕੀਰਤਨ ਕਰਨਾ ਜੀ ਅਤੇ ਕੀਰਤਨ ਹੈਗਾ ਰਾਤ ਦਾ 9:30 ਦਾ ਟਾਈਮ ਹੈ ਅਤੇ ਕੀਰਤਨ ਕਰਕੇ ਫਿਰ ਵਾਪਸੀ ਜਾਵਾਂਗੇ ਜਲੰਧਰ ਅਤੇ ਥਕਾਵਟ ਹੋ ਗਈ ਹੈ ਕਿਉਂਕਿ ਰੈਸਟ ਨਹੀਂ ਮਿਲੀ ਬਸ ਰੋਡ 'ਤੇ ਜਿਹੜੀ ਰੈਸਟ ਹੋ ਗਈ ਅਤੇ ਉੱਦਾਂ ਉੱਥੇ ਵੀ ਪਹੁੰਚ ਕੇ ਹੋਟਲ ਭਾਵੇਂ ਉਹਨਾਂ ਨੇ ਦਿੱਤਾ ਸੀਗਾ ਰੈਸਟ ਨੂੰ ਪਰ 2 ਘੰਟੇ 1.5-2 ਘੰਟੇ ਰੈਸਟ ਹੋਈ ਖੈਰ ਅਸੀਂ ਹੁਣ ਜਾ ਰਹੇ ਹਾਂ ਜੀ ਇੱਥੋਂ ਦੀ ਸੋਨੀਪਤ ਪਾਣੀਪਤ ਫਿਰ ਸਿੱਧਾ ਹੀ ਰਾਜਪੁਰੋਂ ਹੋ ਕੇ ਫਿਰ ਸਿੱਧਾ ਹੀ ਖੰਨਾ ਆਊਗਾ ਸਿੱਧਾ ਹੀ ਫਿਰ ਦਰਾਇਆ ਕ੍ਰੋਸ ਕਰਕੇ ਲੁਧਿਆਣਾ ਹੋਏਗਾ ਅਤੇ ਬਾਕੀ ਦੀ ਅਪਡੇਟਾਂ ਤੁਹਾਨੂੰ ਦਿੰਦੇ ਹਾਂ ਜੀ ਸਿੱਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਕਰੀਆਂ ਆਹਾ
ਗੁਰੂ ਗੁਰੂ ਕੇਸਾ ਸਿੰਘ ਜੀ ਭਜ ਜਕਾਰੇ ਦੇ ਗੂੰਜ ਵਿੱਚ ਪ੍ਰਵਾਨਗੀ ਬਖਸ਼ੋ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜਗ ਦੇ ਸ਼ਰਮ